मन पीत चरण कमलारे मन पीत चरण कमलारे मन पीत चरण कमलारे कछु न लगई भगतन तो मीठा कछु न लगई भगतन तो मीठा अन स्वाद सब फिकिया कर निर्णय बिठा अज्ञान परम दुख कटिया प्रभु भय बसिठा मनु दिया जो रंग मजिठा Oh, my God.
ਦੇ ਪਿੰਡ ਦੇ ਬਾਹਰ ਇੱਕ ਜੋਗੀ ਰਹਿੰਦਾ ਸੀ। ਬੜੀ ਤਪੱਸਿਆ ਕੀਤੀ ਜਿਸਨੇ ਸ਼ਿਵਜੀ ਪ੍ਰਸੰਨ ਕਰ ਲਏ। ਜਿਸ ਵੇਲੇ ਸ਼ਿਵਜੀ ਪ੍ਰਤੱਖ ਹੋਏ ਤੇ ਆਖਿਆ ਵਰ ਮੰਗ। ਜੋਗੀ ਨੇ ਮੰਗਿਆ ਕੋਈ ਮੇਰਾ ਦਰਸ਼ਨ ਕਰੇ, ਢਾਈ ਸਾਲ ਸੁਰਗ ਜਾਏ। ਜੇ ਮੈਂ ਪ੍ਰਸੰਨ ਹੋ ਜਾਵਾਂ ਤਾਂ ਭਾਵੇਂ 100 ਸਾਲ ਵਾਸਤੇ ਆਗਿਆ ਦੇਵਾਂ, ਸੁਰਗ ਦੀ ਚਾਬੀ ਮੈਨੂੰ ਦੇ ਦਿਆ। ਸ਼ਿਵਜੀ ਨੇ ਆਖਿਆ ਤਥਾਸਤੂ। ਫਿਰ ਦੁਨੀਆਂ ਖਾਹਿਸ਼ਾਂ ਦੀ ਬੱਧੀ, 4 ਕੁੰਟਾਂ ਤੋਂ ਤੁਰ ਪਈ ਦੁਨੀਆਂ। ਚਲੋ ਬਈ, ਜੋਗੀ ਨੂੰ ਵਰਦਾਨ ਮਿਲਿਆ, ਅਸੀਂ ਵੀ ਸੁਰਗ ਦਾ ਜੂਟਾ ਲਈਏ। ਜਿਵੇਂ ਜਿਵੇਂ ਦੁਨੀਆਂ ਆਉਂਦੀ ਹੈ ਮਾਨ ਵਧੀ ਜਾਂਦਾ ਵਧੀ ਜਾਂਦਾ। ਇੱਕ ਦਿਨ ਚੇਲੇ ਨੂੰ ਪੁੱਛਦਾ, ਚੇਲਿਆ ਬਹੁਤ ਦੁਨੀਆਂ ਆਈ, ਕੋਈ ਰਹਿ ਤਾਂ ਨਹੀਂ ਗਿਆ? ਉਹਨੇ ਆਖਿਆ, ਜੀ ਉੜਦੀ ਸਰੋਤ ਸੁਣੀ ਹੈ, ਬਾਹਰੋਂ ਤਾਂ ਬੜੀ ਦੁਨੀਆਂ ਆਈ ਦਰਸ਼ਨ ਕਰ ਗਈ, ਪਰ ਇਸ ਪਿੰਡ ਦਾ ਇੱਕ ਬੰਦਾ ਨਹੀਂ ਆਇਆ, ਬਾਕੀ ਸਭ ਆਏ ਹਨ। ਆਖਿਆ ਸ਼ਾਇਦ ਪਤਾ ਨਾ ਹੋਵੇ, ਜਾ ਖਬਰ ਕਰ। ਚੇਲਾ ਤੁਰ ਪਿਆ। ਜਿਸ ਵੇਲੇ ਪਹੁੰਚਿਆ, ਬੂਹਾ ਬੰਦ ਹੈ, ਅੰਦਰੋਂ ਆਵਾਜ਼ ਆਉਂਦੀ ਹੈ, ਮਨਪ੍ਰੀਤ ਚਰਨ ਕਮਲਾਰ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨਪ੍ਰੀਤ ਚਰਨ ਕਮਲਾਰੇ। ਬੂਹਾ ਖੜਕਾਇਆ, ਆਵਾਜ਼ ਆਈ, ਕੌਣ ਹੈ? ਜੀ ਮੈਂ ਨਾਥ ਦਾ ਚੇਲਾ, ਵਰਦਾਨ ਮਿਲਿਆ ਨਾਥ ਨੂੰ ਸ਼ਿਵਜੀ ਮਹਾਰਾਜ ਤੋਂ, ਜੋ ਕੋਈ ਦਰਸ਼ਨ ਕਰੇਗਾ 2.5 ਸਾਲ ਸੁਰਗ ਜ਼ਰੂਰ ਜਾਏਗਾ। ਬੜੀ ਦੁਨੀਆਂ ਆਈ, ਤੁਸੀਂ ਨਹੀਂ ਆਏ, ਆਓ ਨਾਥ ਜੀ ਯਾਦ ਕਰ ਰਹੇ ਹਨ, ਤੁਸੀਂ ਵੀ ਦਰਸ਼ਨ ਕਰੋ, ਸੁਰਗ ਦਾ ਸੁੱਖ ਮਾਣੋ। ਉਹਨੇ ਆਖਿਆ, ਮੈਂ ਸਵਰਗ ਨੂੰ ਤਾਂ ਚਾਹਵਾਂ ਜੇ ਨਰਕਾਂ ਦਾ ਡਰ ਹੋਵੇ ਤਾਂ। ਕੌਣ ਸੁਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰੱਬ ਜੈ ਅੰਦੇਸਾ ਜੈ ਆਸਾ ਅੰਦੇਸਾ ਤੈ। ਜਿੱਥੇ ਆਸ਼ਾ ਨਹੀਂ ਉੱਥੇ ਅੰਦੇਸ਼ਾ ਹੀ ਕੋਈ। ਪਹਿਲਾਂ ਕੋਈ ਆਸ ਹੁੰਦੀ ਹੈ, ਫਿਰ ਡਰ ਲੱਗਦਾ ਮਤ ਪੂਰੀ ਨਾ ਹੋਵੇ। ਜਿਹਨੂੰ ਆਸਾ ਹੀ ਕੋਈ ਨਹੀਂ ਉਹਨੂੰ ਕਾਹਦਾ ਡਰ? ਮੈਨੂੰ ਸੁਰਗ ਦੀ ਨਾ ਚਾਹ ਹੈ ਨਾ ਨਰਕਾਂ ਦਾ ਭੈ, ਇਸ ਵਾਸਤੇ ਮੈਂ ਨਹੀਂ ਆਉਂਦਾ। ਬਈ ਜਾ ਆਪਣੇ ਨਾਥ ਨੂੰ ਕਹਿ ਦੇ। ਚੇਲਾ ਜਿਸ ਵੇਲੇ ਮੁੜ ਕੇ ਆਇਆ, ਨਾਥ ਪਿਆ ਉਡੀਕਦਾ ਸੀ, ਕਿਉਂ ਬਈ ਇਕੱਲਾ ਆਇਆ ਨਾਲ ਨਹੀਂ ਆਇਆ? ਅਖੇ ਜੀ ਨਹੀਂ ਆਉਂਦਾ, ਉਹ ਤਾਂ ਬੜੀਆਂ ਉੱਚੀਆਂ ਉਡਾਰੀਆਂ ਲਾਉਂਦਾ ਹੈ। ਨਾਥ ਜੀ ਤੁਸੀਂ ਤੇ ਸਵਰਗ ਨਰਕ ਦੇ ਚੱਕਰ ਪਏ ਹੋ। ਕਹਿੰਦਾ ਮੈਂ ਡਰਦਾ ਹੀ ਨਹੀਂ, ਨਾ ਨਰਕਾਂ ਤੋਂ ਡਰਦਾ ਹਾਂ ਨਾ ਸਵਰਗ ਦੀ ਚਾਹ ਕਰਦਾ। ਚੇਲਿਆ ਇੱਕ ਵਾਰੀ ਫਿਰ ਜਾ, ਸ਼ਾਇਦ ਸੋਚਦਾ ਹੋਵੇ ਵੀ 2.5 ਸਾਲ ਵਾਸਤੇ ਕੀ ਦਰਸ਼ਨ ਕਰਨੇ ਸੀ। ਜਾ ਕਹਿ ਦੇ 100 ਸਾਲ ਜਿਤਨੀ ਮੇਰੀ ਸਮਰੱਥਾ ਹੈ, ਇਤਨੇ ਸਾਲ ਸਵਰਗ ਦਿਖਾਵਾਂਗਾ, ਪਰ ਤੂੰ ਆ ਜ਼ਰੂਰ ਮੇਰੀ ਨਰਾਦਰੀ ਨਾ ਕਰ। ਚੇਲਾ ਜਿਸ ਵੇਲੇ ਗਿਆ, ਉਹਨੇ ਆਖਿਆ, ਮੈਂ ਤੇਰੇ ਨਾਥ ਦੇ ਮੱਥੇ ਨਹੀਂ ਲੱਗਣਾ, ਕਿਉਂਕਿ ਮੈਂ ਸੁਰਗ ਜਾਣਾ ਚਾਹੁੰਦਾ ਨਹੀਂ। ਜੇ ਮੱਥੇ ਲੱਗ ਗਿਆ ਸੁਰਗ ਜਾਣਾ ਪਵੇਗਾ, ਮੇਰੀ ਥਾਂ ਹੋਰ ਹੈ, ਮੇਰੀ ਥਾਂ ਸਵਰਗਾਂ ਵਿੱਚ ਨਹੀਂ। ਪਰਤ ਕੇ ਜਿਸ ਵੇਲੇ ਆਇਆ ਤਾਂ ਨਾਥ ਦੇ ਕਲੇਜੇ ਤੇ ਚੋਟ ਪਈ। ਕਹਿੰਦੇ, ਚੱਲ ਚੇਲਿਆ, ਜੋ ਮੇਰਾ ਦਰਸ਼ਨ ਨਹੀਂ ਚਾਹੁੰਦਾ, ਚੱਲ ਮੈਂ ਉਸਦਾ ਦਰਸ਼ਨ ਕਰਾਂ, ਬਲਾ ਵੇਖਾਂ ਕੈਸਾ ਹੈ, ਜਿਹਨੂੰ ਨਰਕ ਦਾ ਡਰ ਕੋਈ ਨਹੀਂ, ਸਵਰਗ ਦੀ ਚਾਹ ਕੋਈ ਨਹੀਂ। ਇਹ ਤਾਂ ਬੜਾ ਅਨੋਖਾ ਬੰਦਾ ਹੈ ਕੋਈ। ਚੇਲਾ ਜਿਸ ਵੇਲੇ ਨਾਥ ਨੂੰ ਨਾਲ ਲੈ ਕੇ ਉਸ ਅਟਾਰੀ ਤੇ ਆਇਆ ਤੇ ਬੂਹਾ ਬੰਦ ਤੇ ਅੰਦਰੋਂ ਪਈ ਆਵਾਜ਼ ਆਵੇ, ਮਨਪ੍ਰੀਤ ਚਰਨ ਕਮਲਾਰੇ। ਸੁਣ ਕੇ ਨਾਥ ਵੀ ਝੂਮ ਗਿਆ,
ਕਿਉਂਕਿ ਸਿਰਫ ਜਵਾਨ ਨਹੀਂ ਸੀ ਕਹਿ ਰਹੀ, ਮਨ ਗਾ ਰਿਹਾ ਸੀ, ਸਿਰਦਾ ਗਾ ਰਿਹਾ ਸੀ, ਲੂ ਲੂ ਗਾ ਰਿਹਾ ਸੀ, ਸਿੱਖ ਦਾ ਅੰਦਰੋਂ ਬਾਹਰੋਂ ਇੱਕ ਹੋ ਕੇ ਕਹਿ ਰਿਹਾ ਸੀ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਨਾਥ ਨੇ ਬੂਹਾ ਖੜਕਾਇਆ, ਜੀ ਬੂਹਾ ਖੋਲੋ, ਕੌਣ ਹੈ? ਮੈਂ ਨਾਥ ਹਾਂ, ਜਿਹਦੇ ਦਰਸ਼ਨਾਂ ਨੂੰ ਦੁਨੀਆਂ ਆਈ, ਉਹ ਤੇਰੇ ਦਰਸ਼ਨਾਂ ਵਾਸਤੇ ਤੇਰੇ ਬੂਹੇ ਅੱਗੇ ਖਲੋਤਾ। ਇੱਕ ਵਾਰੀ ਬੂਹਾ ਖੋਲ, ਮੈਨੂੰ ਦਰਸ਼ਨ ਦੇ। ਉਹਨੇ ਆਖਿਆ, ਨਾ ਭਾਈ, ਭਾਵੇਂ ਮੈਂ ਤੇਰਾ ਦਰਸ਼ਨ ਕਰਾਂ ਤੇ ਭਾਵੇਂ ਤੂੰ ਮੇਰੇ ਮੱਥੇ ਲੱਗ ਜਾਵੇਂ, ਮੈਨੂੰ ਸਵਰਗ ਜਾਣਾ ਪਏਗਾ। ਤੇ ਕਮਨ ਸਵਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਆਪਣੇ ਬਲ ਨਾਲ ਨਹੀਂ ਕਹਿ ਰਿਹਾ, ਆਪਣੇ ਗੁਰੂ ਦੀ ਕਿਰਪਾ ਦੇ ਬਲ ਨਾਲ ਕਹਿ ਰਿਹਾ। ਕਿਹੜਾ ਸਿਦਕ ਹੈ ਸਿੱਖ ਦਾ! ਸਾਡੀਆਂ ਸ਼ਕਲਾਂ ਬੇਸ਼ੱਕ ਸਿੱਖਾਂ ਵਰਗੀਆਂ, ਸਾਡੇ ਫੰਕਸ਼ਨ ਇਹ ਸਿੱਖਾਂ ਹੀ ਵਰਗੇ ਹਨ, ਸਾਡੇ ਜੋੜ ਮੇਲ ਇਹ ਸਿੱਖਾਂ ਵਰਗੇ ਹਨ, ਸਾਡਾ ਸਭ ਕੁਝ ਸਿੱਖਾਂ ਵਰਗਾ ਹੈ, ਪਰ ਇੱਕ ਸ਼ਹਿਰ ਦੀ ਕਮੀ ਰਹਿ ਗਈ ਹੈ। ਕਿਹੜੀ? ਸਿਦਕ ਨੇ ਸਿੱਖਾਂ ਵਰਗਾ। ਸਿਦਕ ਬੜਾ ਕਮਜ਼ੋਰ ਹੋ ਗਿਆ, ਬੜਾ ਢਿੱਲਾ ਹੋ ਗਿਆ, ਜਰਾ ਕੋਈ ਪੈਸਾ ਦਿਖਾਏ ਸਹੀ, ਪੈਰ ਫਿਸਲਿਆ ਕਿ ਫਿਸਲਿਆ, ਕਦੇ ਲੁੜਕ ਕੇ ਉੱਧਰ ਚਲੇ ਗਏ, ਕਦੇ ਉੱਧਰ ਚਲੇ ਗਏ, ਇਹ ਨਹੀਂ ਵੀ ਕਦੇ ਪੱਲੇ ਲੱਗੀ ਹੈ। ਹੁਣ ਸਭੇ ਸਾਗ ਕੁੜਾਵੇ ਤੋਂ ਪੱਲੇ ਤੁਹਾਡੇ ਲਾਗੀ, ਜਿਹੜਾ ਗੁਰੂ ਗੁਰੂ ਨਾਨਕ ਹੈ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ, ਉਹਨੂੰ ਕਿਹੜੀ ਲੋੜ ਹੈ ਭਟਕਣ ਦੀ? ਭਟਕਣ ਵਾਸਤੇ ਦੁਨੀਆਂ ਥੋੜੀ ਹੈ, ਆ ਸਵਰਗ ਦੇ ਸੁੱਖ ਵਾਸਤੇ ਬੇਸ਼ੁਮਾਰ ਦੁਨੀਆਂ ਆਈ, ਦਰਸ਼ਨ ਕਰ ਗਈ, ਪਰਵਾਹ ਹੋਏ ਸਿਦਕੀਆ, ਤੂੰ ਨਹੀਂ ਬੂਹਾ ਖੋਲੇ। ਸਵਰਗ ਦੇਣ ਵਾਲਾ ਬੂਹੇ ਅੱਗੇ ਖੜੋਤਾ ਹੈ, ਆਖਿਆ ਤੂੰ ਮੇਰਾ ਦਰਸ਼ਨ ਨਾ ਕਰ, ਮੈਨੂੰ ਆਪਣਾ ਦਰਸ਼ਨ ਦੇ। ਉਹਨੇ ਆਖਿਆ, ਨਹੀਂ, ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਹੇ ਚਦੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬੈ ਹੈ ਕੋ ਨਾ ਸਕੇ ਪਛਾਣੀ। ਆਖਿਆ, ਜਿਸ ਗੁਰੂ ਦੇ ਬਲ ਦੀਆਂ ਇਹ ਗੱਲਾਂ ਪਿਆ ਕਰਨਾ, ਉਸੇ ਗੁਰੂ ਦਾ ਵਾਸਤੇ ਹੀ ਇੱਕ ਵਾਰੀ ਦਰਸ਼ਨ ਦੇ। ਆਖਿਆ, ਇੱਕ ਸ਼ਰਤ ਤੇ, ਕਿਹੜੀ? ਆਪਣੇ ਮੂੰਹੋਂ ਕਹੋ ਵੀ ਤੇਰੇ ਵਾਸਤੇ ਸੁਰਗ ਖੋਜਣਾ, ਸੁਰਗ ਦਾ ਬੂਹਾ ਬੰਦ ਕਰ ਤਾਂ ਮੈਂ ਬੂਹਾ ਖੋਲਦਾ। ਨਾਥ ਨੇ ਆਖਿਆ, ਅੱਛਾ ਵੀ ਤੇਰੇ ਵਾਸਤੇ ਸੁਰਗ ਖੋਜਣਾ, ਪਰ ਇੱਕ ਵਾਰੀ ਬੂਹਾ ਤਾਂ ਖੋਲ। ਜਿਸ ਵੇਲੇ ਸਿੱਖ ਨੇ ਬੂਹਾ ਖੋਲਿਆ, ਨਾਥ ਨੇ ਦੇਖਿਆ 14ਵੀਂ ਦਾ ਚੰਦਰਮਾ ਚੜ ਰਿਹਾ। ਸਿੱਖ ਦਾ ਮਸਤਕ ਨਿਤਨੇਮੀ ਦਾ ਮੱਥਾ, ਜੋ ਮੱਥਾ ਰੋਜ਼ ਗੁਰੂ ਚਰਣਾ ਅੱਗੇ ਜਾ ਕੇ ਚੁੱਕਦਾ, ਉਸ ਮਸਤਕ ਤੇ ਕੋਈ ਗੱਲ ਹੀ ਹੋਰ ਹੈ। ਜਿਸ ਮਸਤਕ ਤੇ ਗੁਰੂ ਨਾਨਕ ਦੇ ਦਰਬਾਰ ਦੀ ਚਰਨ ਦੂੜ ਲੱਗੀ ਹੈ, ਸਾਧ ਸੰਗਤ, ਉਹ ਮੱਥਾ ਨਾ ਚਮਕੇਗਾ ਤਾਂ ਹੋਰ ਕੌਣ ਚਮਕੇਗਾ? ਦਰਗਾਹ ਤੇਰੀ ਦਾ ਗਰਦਾ, ਇਹ ਤਾਂ ਜਿਸ ਵੀ ਵਡਿਆਈਆਂ ਪਾਈਆਂ ਇਸ ਦਰਗਾਹ ਵਿੱਚ ਝਾੜੂ ਦੇ ਦੇ ਕੇ ਪਾਈਆਂ, ਗੁਰੂ ਨਾਨਕ ਦੇ ਦਰ ਤੇ ਝਾੜੂ ਦੇ ਦੇ ਕੇ ਭਾਈ ਲੈਣਾ ਲੈ ਗਿਆ। ਸਾਧ ਸੰਗਤ ਬੋਲੋ, ਸ੍ਰੀ ਜਿਸ ਦਰ ਤੇ ਦੇਵੀ ਪਈ ਝਾੜੂ ਦਿੰਦੀ, ਆਖਦੀ ਹੈ ਮੈਂ ਕੱਲੀ ਨਹੀਂ, ਕੋਟ ਦੇਵੀ ਜਾਂਕੀ ਜੋਤ ਜਗਾਵੈ, ਕੋਟ ਤੇ ਤੀਸ ਜਾਂਕੀ ਉਸਤਤ ਗਾਵੈ। ਸਾਡੀ ਡਿਊਟੀ ਹੈ ਰੋਜ਼ ਆਣ ਕੇ ਝਾੜੂ ਦੇਣਾ, ਇਹ ਦਰਬਾਰ ਵਿੱਚ ਝਾੜੂ ਦੇਣਾ ਕੋਈ 10 ਰੁਪਏ ਚਪੜਾਸੀ ਦਾ ਕੰਮ ਨਹੀਂ, ਕਿਸੇ ਨੌਕਰ ਦਾ ਕੰਮ ਨਹੀਂ, ਇਹ ਸਰਦਾਰਾਂ ਦਾ ਕੰਮ ਹੈ ਜਿਹਨਾਂ ਨੇ ਆਣ ਕੇ ਗੁਰਦੁਆਰੇ ਝਾੜੂ ਦੇਣਾ ਤੇ ਆਪਣੀਆਂ ਸਰਦਾਰੀਆਂ ਬਰਕਰਾਰ ਰੱਖਣੀਆਂ, ਨਹੀਂ ਤਾਂ ਅੱਜ ਵੀ ਗਈਆਂ ਤੇ ਕੱਲ੍ਹ ਵੀ ਗਈਆਂ।
ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਹੋਏ। ਜਿਨ੍ਹਾਂ ਘਰਾਂ ਵਿੱਚ ਕਰਤੇ ਦੀ ਕੀਰਤ ਹੋਈ ਉਹਨਾਂ ਘਰਾਂ ਨੂੰ ਵਡਿਆਈਆਂ ਮਿਲੀਆਂ, ਬਾਕੀ ਦੇ ਘਰ ਸੱਥੇ ਹੋ ਗਏ। ਜਲ ਜਾਓ ਇਹ ਬਡਪਣਾ ਮਾਇਆ ਲਪਟਾਏ, ਉਸ ਬਡਪਣੇ ਨੂੰ ਕਿਆ ਕਰੀਏ, ਤੀਲੀ ਲਾਈਏ ਜਿਸਦੀ ਹੈਂਕੜ ਵਿੱਚ ਗੁਰੂ ਕਾ ਸਿੱਖ ਗੁਰਦੁਆਰਾ ਹੀ ਭੁੱਲ ਗਿਆ, ਸਵੇਰੇ ਜਾਗਣਾ ਹੀ ਭੁੱਲ ਗਿਆ, ਇਸ਼ਨਾਨ ਦਾ ਚੇਤਾ ਹੀ ਨਾ ਰਿਹਾ, ਜੇ ਚਾਹ ਹੀ ਨੀ ਬਣੀ, ਉੱਠਾਂ ਕਿਵੇਂ। ਦਾਨੇ ਗੁਰੂ ਕਾ ਸਿੱਖ ਹੈ, ਨਿਤਨੇਮ ਕਰਕੇ ਬਾਹਰ ਨਿਕਲਿਆ, ਨਾਥ ਦਾ ਸਿਰ ਝੁਕ ਗਿਆ, ਪਰ ਉਹਨੇ ਸਿਰ ਹੱਥਾਂ ਤੇ ਬੋਚ ਲਿਆ, ਕਿਹਾ ਨਾਥ ਜੀ ਇਹ ਪੈਰ ਝੁਕਣ ਵਾਸਤੇ ਨਹੀਂ, ਝੁਕਣਾ ਜੇ ਤਾਂ ਮੇਰੇ ਪਾਤਸ਼ਾਹ ਦੇ ਚਰਨਾਂ ਤੇ ਝੁਕੋ ਜਿੱਥੋਂ ਮੈਨੂੰ ਖਰੈਤ ਪਈ। ਆਖਿਆ ਫਿਰ ਲੈ ਚੱਲੋ, ਜਿੱਥੋਂ ਜੋਲੀਆਂ ਵਰ ਕੇ ਲਿਆਏ ਉੱਥੇ ਲੈ ਚੱਲੋ ਬਾਂਹ ਫੜ ਕੇ, ਇਹ ਤਾਂ ਕੋਈ ਬਾਂਹ ਫੜ ਕੇ ਲੈ ਚੱਲੇ ਤਾਂ ਹੀ ਜਾ ਸਕਦੇ। ਫਿਰ ਗੁਰੂ ਕਾ ਸਿੱਖ ਨਾਥ ਨੂੰ ਨਾਲ ਲੈ ਕੇ ਜਿਸ ਵੇਲੇ ਤੁਰਿਆ, ਰਾਹ ਵਿੱਚ ਨਾਥ ਦੇ ਮਨ ਤੇ ਮਾਇਆ ਪਈ, ਪੁੱਛਦਾ ਤੇਰਾ ਸਿੱਖ ਤੇਰਾ ਗੁਰੂ ਮਾਇਆਧਾਰੀ ਕੇ ਮਾਇਆ ਤੋਂ ਰਹਿਤ। ਸਿੱਖ ਨੇ ਆਖਿਆ ਮੇਰੇ ਗੁਰੂ ਬਾਬਤ ਪੁੱਛ ਰਹੇ ਹੈ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਅਲੇਪ। ਉਹਨੇ ਆਖਿਆ ਹੋ ਹੀ ਨਹੀਂ ਸਕਦਾ, ਮਾਇਆ ਵਿੱਚ ਰਹਿ ਕੇ ਮਾਇਆ ਤੋਂ ਅਲੇਪ ਕੌਣ ਰਿਹਾ ਹੈ। ਸੋਚਿਆ ਜਿਹਦੇ ਵੱਲ ਮੈਂ ਜਾ ਰਿਹਾ ਤੇ ਐਡੀਆਂ ਤਾਰੀਫਾਂ ਜਿਹੜੀਆਂ ਕਰ ਰਿਹਾ ਉਹ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਅਲੇਪ। ਦੂਜਾ ਸਵਾਲ ਕੀਤਾ ਗ੍ਰਸਤੀ ਹੈ ਕਿ ਤਿਆਗੀ। ਆਖਿਆ ਮੇਰੇ ਸਤਿਗੁਰੂ ਦੇ ਘਰ ਵਿੱਚ ਪਰਵਾਨ ਗ੍ਰਸਤ ਉਦਾਸ, ਉਹ ਗ੍ਰਸਤੀ ਵੀ ਹੈ ਉਦਾਸ ਵੀ ਹੈ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਵੱਡਾ ਭਗਤ ਕਿਉਂ ਹੈ, ਮਾਇਆ ਵਿੱਚ ਉਦਾਸ ਹੈ। ਮਾਇਆ ਮੈਂ ਜਿਸ ਰੱਖੇ ਉਦਾਸ, ਕਹੋ ਕਬੀਰ ਹਾਂ ਤਾਂ ਕਾ ਦਾਸ। ਫਿਰ ਪੁੱਛਦਾ ਤੇਰੇ ਗੁਰੂ ਦੀ ਉਮਰ ਕਿਤਨੀ ਹੈ। ਸਿੱਖ ਨੇ ਆਖਿਆ ਬਈ ਉਂਝ ਤਾਂ ਮੇਰਾ ਗੁਰੂ ਸਤਜੁਗੀਆ ਹੈ, ਤੂੰ ਸਤਿਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ, ਉਹਦੀ ਉਮਰ ਕੀ ਪੁੱਛਣਾ। ਪਰ ਬਈ ਸਰੀਰ ਕਰਕੇ ਇਸ ਵੇਲੇ 40-45 ਦੇ ਗੇੜ ਵਿੱਚ ਹੋਣਗੇ। ਤੋ ਨਾਥ ਨੇ ਆਖਿਆ ਬਸ ਮੈਂ ਨਹੀਂ ਜਾਂਦਾ ਉਹਦੇ ਵੱਲ, ਮੇਰੀ ਉਮਰ 250 ਸਾਲ, ਮੈਂ ਇਸਤਰੀ ਨੂੰ ਮੱਥੇ ਨਾ ਲਾਵਾਂ, ਪੈਸੇ ਨੂੰ ਹੱਥ ਨਾ ਲਾਵਾਂ, ਤੇ ਤੇਰਾ ਗੁਰੂ ਗ੍ਰਸਤ ਵਿੱਚ ਰਹਿੰਦਾ ਹੈ, 40-50 ਵਰੇ ਦੀ ਉਮਰ ਹੈ, ਫਿਰ ਮਾਇਆਧਾਰੀ ਹੈ, ਮੈਂ ਨਹੀਂ ਜਾਂਦਾ ਬਈ ਇੱਥੋਂ ਹੀ ਮੱਥਾ ਟੇਕਿਆ। ਉਹਨੇ ਬਾਂਹ ਫੜ ਲਈ, ਨਾਥ ਜੀ ਜੇ ਸਿੱਧਕ ਨਾਲ ਤੁਰੇ ਹੋ ਤਾਂ ਰਸਤੇ ਵਿੱਚ ਵੀ ਸਿੱਧਕੇ ਨਾ ਹੋਵੋ, ਇੱਕ ਵਾਰੀ ਦੇਖ ਤਾਂ ਲਓ, ਕਿਉਂਕਿ ਹੁਣ ਤਾਂ ਨੇੜੇ ਆ ਗਏ ਹਾਂ, ਆਹ ਸਾਹਮਣੇ ਦਰਸ਼ਨੀ ਡਿਉੜੀ। ਨਾਥ ਨੇ ਆਖਿਆ ਉਹ ਗੱਲ ਤਾਂ ਨਹੀਂ, ਹੁਣ ਜਿਸ ਗੱਲ ਵਿੱਚ ਮੈਂ ਤੁਰਿਆ ਸਾਹ, ਫਿਰ ਚੰਗਾ ਵੀ ਜੇ ਨੇੜੇ ਆ ਗਿਆ ਤਾਂ ਦੇਖ ਲੈਂਦੇ। ਇੱਧਰ ਸਿੱਖ ਤੇ ਨਾਥ ਜਿਸ ਵੇਲੇ ਪਹੁੰਚਣ ਲੱਗੇ ਤਾਂ ਮੇਰੇ ਸਾਹਿਬ ਨੇ ਆਵਾਜ਼ ਦਿੱਤੀ, ਭਾਈ ਜੇਠਾ ਸੇਵਾਦਾਰ ਸੀ ਗੁਰੂ ਕਾ। ਜੀ ਪਾਤਸ਼ਾਹ। ਆਖਿਆ ਕਿ ਪਰਦਾ ਲਿਆ ਕੇ ਮੇਰੇ ਅੱਗੇ ਪਿੱਛੇ ਕਰ ਦੇ, ਇੱਕ ਪਰਦਾ ਕਰ ਦੇ, ਕੋਈ ਆ ਰਿਹਾ ਜਿਹਦੇ ਮਨ ਤੇ ਹਉਮੈ ਦਾ ਪਰਦਾ ਹੈ, ਅਸੀਂ ਚਾਹੁੰਦੇ ਹਾਂ ਸਾਰੇ ਮੱਥੇ ਨਾ ਲੱਗੇ। ਸਾਹਿਬ ਨੇ ਪਰਦਾ ਕਰ ਲਿਆ। ਜਿਸ ਵੇਲੇ ਸਿੱਖ ਪਹੁੰਚਿਆ ਨਾਥ ਨੂੰ ਨਾਲ ਲੈ ਕੇ, ਅੰਦਰ ਜਾਣ ਲੱਗਾ, ਦਰਬਾਨ ਨੇ ਠਾਕਿਆ ਬਈ ਹੁਕਮ ਨਹੀਂ ਅੰਦਰ ਜਾਣ ਦਾ, ਹੁਬਾ ਨਿਕਲ ਗਈਆਂ। ਅੱਜ ਤਾਂ ਇਸ ਬੂਹੇ ਤੇ ਕਿਸੇ ਨੂੰ ਠਾਕਿਆ ਨਹੀਂ ਗਿਆ,
ਜੇ ਦਰ ਆਵਤ ਠਾਕੇ ਜਾਤਿਓ ਹਟਕੇ ਨਹੀਂ ਕੋਏ ਸੋ ਦਰ ਕੈਸਾ ਛਾਡੀਏ ਜੋ ਦਰ ਐਸਾ ਹੋਏ ਅੱਜ ਕੀ ਬਾਣਾ ਵਰਤੇ ਹੈ ਅਖੇ ਹੋਰ ਤਾਂ ਪਤਾ ਨਹੀਂ ਸਹਿਬ ਆਖਦੇ ਸਨ ਕੋਈ ਹੰਕਾਰੀ ਆ ਰਿਹਾ ਜਿਹਦੇ ਮਨ ਤੇ ਹੋਮੇ ਦਾ ਪਰਦਾ ਤਾਂ ਸਿੱਖ ਨੇ ਆਖਿਆ ਇਸ ਪਾਪੀ ਦੀ ਮੈਂ ਸੰਗਤ ਕਰ ਬੈਠਾ ਜਿਹਦੇ ਕਾਰਨ ਮੈਨੂੰ ਵੀ ਦਰਸ਼ਨ ਨਹੀਂ ਹੋ ਰਿਹਾ ਹੁਣ ਕਿਆ ਕਰਾਂ ਅਰਦਾਸ ਕਰਾਂ ਗੱਲ ਪੱਲਾ ਪਾਇਆ ਹੀ ਸੀ ਅਰਦਾਸ ਕਰਨ ਵਾਸਤੇ ਕਿ ਅੰਦਰੋਂ ਆਵਾਜ਼ ਆਈ ਭਾਈ ਤਿਲਕਾ ਤੇਰੇ ਵਾਸਤੇ ਪਰਦਾ ਨਹੀਂ ਬਸ ਆਇਆ ਫਿਰ ਛੋੜ ਨਾ ਜਾਏ ਜਿਹਨੂੰ ਇੱਕ ਵਾਰੀ ਬਸ ਆ ਗਿਆ ਉਹਨੂੰ ਤਾਂ ਮੁੜ ਕੇ ਛੱਡ ਹੀ ਨਹੀਂ ਸਕੇ ਤੇਰੇ ਵਾਸਤੇ ਪਰਦਾ ਨਹੀਂ ਪਰਦਾ ਇਹਦੇ ਵਾਸਤੇ ਹੈ ਇਹਨੂੰ ਇਹ ਪੁੱਛ ਵੀ ਨਾਥ ਤੇਰਾ ਕੰਨ ਇੱਕ ਹੈ ਦੂਜਾ ਕੋਈ ਨਹੀਂ ਜਾਂ ਸਿੱਖ ਨੇ ਖਿਆਲ ਕੀਤਾ ਸੱਚਮੁੱਚ ਨਾਥ ਦਾ ਇੱਕ ਕੰਨ ਹੈ ਹੀ ਨਹੀਂ ਇੱਕ ਕੰਨ ਵਿੱਚ ਮੁੰਦਰਨਾ ਹੈ ਪੁੱਛਿਆ ਤੇਰਾ ਦੂਜਾ ਕੰਨ ਨਾਥ ਨੇ ਹੌਕਾ ਲਿਆ ਬੜੀ ਪੁਰਾਣੀ ਬਾਤ ਹੈ ਮੈਂ ਛੋਟਾ ਜਿਹਾ ਸਾਂ ਜਦੋਂ ਸਾਧ ਬਣਿਆ ਦੁਨੀਆਂ ਦਾ ਚੱਕਰ ਲਾਉਣ ਦਾ ਖਿਆਲ ਆਇਆ ਤਾਂ ਮੈਂ ਇੱਕ ਬੇੜੇ ਤੇ ਚੜਿਆ ਬੇੜਾ ਅਟਕ ਗਿਆ ਜੋਤਸ਼ੀ ਨੇ ਆਖਿਆ ਕੋਈ ਬਲੀ ਮੰਗਦਾ ਹੈ ਜਲ ਭਗਵਾਨ ਬਲੀ ਮੰਗਦਾ ਹੈ ਪਰ ਉਸਦੀ ਜਿਹੜਾ ਇਕੱਲਾ ਹੋਵੇ ਰੋਣ ਵਾਲਾ ਜਿਹਨੂੰ ਕੋਈ ਨਾ ਹੋਵੇ ਕਿਸੇ ਨੂੰ ਪਕੜਿਆ ਉਹਦਾ ਕੋਈ ਰੁਨਾ ਕਿਸੇ ਦਾ ਕੋਈ ਰੁਨਾ ਮੈਨੂੰ ਰੋਣ ਵਾਲਾ ਕੋਈ ਨਹੀਂ ਉਹਨਾਂ ਮੈਨੂੰ ਚੁੱਕਿਆ ਤੇ ਪਾਣੀ ਵਿੱਚ ਸੁੱਟਿਆ ਬੇੜਾ ਤਾਂ ਨਿਕਲ ਗਿਆ ਪਰ ਆਈ ਮੱਛਲੀ ਮੈਂ ਕਿਨਾਰੇ ਲੱਗਣ ਵਾਲਾ ਹੀ ਸਾਂ ਕਿ ਉਸਨੇ ਮੇਰਾ ਕੰਨ ਕੱਟ ਲਿਆ ਮੁੰਦਰਨੇ ਸਮੇਤ ਲੈ ਗਈ 240 ਵਰੇ ਹੋ ਗਏ ਮੈਂ ਉਦੋਂ 10 ਵਰਿਆਂ ਦਾ ਸਾਂ ਤਾਂ ਸਾਹਿਬ ਨੇ ਆਖਿਆ ਭਾਈ ਤਿਲਕਾ ਇਹਨੂੰ ਕਹੋ ਆਪਣਾ ਕੰਨ ਪਛਾਣ ਕੇ ਦੱਸੇ ਇਸ ਦਾ ਤਾਂ ਨਹੀਂ ਅੰਦਰੋਂ ਚੀਜ਼ ਉਲਾਰ ਕੇ ਸੁੱਟੀ ਉਹ ਸੀ ਕੰਨ ਭਾਈ ਤਿਲਕੇ ਤੋਂ ਹੁੰਦਾ ਉਹ ਨਾਥ ਦੀ ਝੋਲੀ ਆਣ ਪਿਆ ਨਾਥ ਨੇ ਜਿਸ ਵੇਲੇ ਕੰਨ ਚੁੱਕਿਆ ਆਖਿਆ ਮੁੰਦਰਨਾ ਤਾਂ ਮੇਰੇ ਦੂਜੇ ਮੁੰਦਰਨੇ ਵਰਗਾ ਹੀ ਦੋਵਾਂ ਦਾ ਨੰਬਰ ਇੱਕੋ ਹੈ ਇਹੀ ਮੁੰਦਰਨਾ ਮੇਰੇ ਗੁਰੂ ਨੇ ਕਦੇ ਮੇਰੇ ਕੰਨਾਂ ਵਿੱਚ ਪਾਇਆ ਸੀ 240 ਵਰੇ ਹੋਏ ਕੰਨ ਕੱਟ ਕੇ ਮੱਛੀ ਲੈ ਗਈ ਮੁੰਦਰਨਾ ਕੰਨ ਵਿੱਚ ਕਿਵੇਂ ਆ ਗਿਆ ਔਰ ਕੰਨ ਕਿੱਥੋਂ ਆਇਆ ਅੰਦਰੋਂ ਆਵਾਜ਼ ਆਈ ਕੰਨ ਨੂੰ ਆਪਣੀ ਥਾਂ ਤੇ ਲਾ ਕੇ ਵੇਖ ਇੱਥੇ ਹੀ ਫਿੱਟ ਹੁੰਦਾ ਹੈ ਕਿ ਨਹੀਂ ਕੰਨ ਨੂੰ ਜਿਸ ਵੇਲੇ ਆਪਣੀ ਥਾਂ ਤੇ ਲਾਇਆ ਤਾਂ ਕੰਨ ਨਾਲ ਹੀ ਜੁੜ ਗਿਆ ਉਸੇ ਵੇਲੇ ਨਾਥ ਦੀਆਂ ਅੱਖਾਂ ਅੱਗੋਂ ਇੱਕ ਪਰਦਾ ਉੱਠਿਆ ਤੇ ਆ ਗਏ ਸ਼ਿਵਜੀ ਮਹਾਰਾਜ ਡਬਰੂ ਵਜਾਉਂਦੇ ਉਹ ਜੋ ਕੰਨ ਪਕੜਿਆ ਨਾਥ ਦਾ ਤੇ ਆਖਿਆ ਮੂਰਖਾ ਜਿਸ ਦਰ ਤੇ ਅਸੀਂ ਰੋਜ਼ ਆਣ ਕੇ ਨਮਸਕਾਰਾਂ ਕਰਦੇ ਹਾਂ ਤੂੰ ਉੱਥੇ ਸੰਸਾ ਕਰ ਬੈਠ ਜਿੱਥੇ ਅਸੀਂ ਰੋਜ਼ ਡਬਰੂ ਵਜਾ ਕੇ ਸਿਫਤਾਂ ਗਾਉਂਦੇ ਥੱਕਦੇ ਨਹੀਂ ਰਜਦੇ ਨਹੀਂ ਤੂੰ ਉੱਥੇ ਆਣ ਕੇ ਸੰਸਾ ਕੀਤਾ ਤੂੰ ਇਸ ਹੱਕ ਵਿੱਚ ਨਹੀਂ ਇਸ ਹੱਕਦਾਰ ਨਹੀਂ ਇਸ ਗੱਲ ਦਾ ਕਿ ਤੂੰ ਦੀਦਾਰ ਕਰ ਸਕੇ ਉਹ ਫਿਰ ਚਰਨ ਫੜ ਕੇ ਰੋ ਪਿਆ ਆਪਣਾ ਸਵਰਗ ਦਾ ਵਰਦਾਨ ਵਾਪਸ ਲਓ ਮਹਾਰਾਜ ਤੇ ਮੈਨੂੰ ਪੰਜੇ ਪਾਸਾ ਦਾ ਦਰਸ਼ਨ ਕਰਾਓ ਹਜ਼ੂਰ ਨੇ ਆਖਿਆ ਬਾਈ ਜੇਠਾ ਜੀ ਪਾਤਸ਼ਾਹ ਪਰਦਾ ਉਠਾ ਦੇ ਭਾਈ ਕਿ ਮਨ ਤੋਂ ਹੋਮੇ ਦਾ ਪਰਦਾ ਉੱਠ ਗਿਆ ਇਸ ਪਰਦੇ ਦੀ ਲੋੜ ਨਹੀਂ ਤਾਂ ਨਾਥ ਨੇ ਕੀ ਤੱਕਿਆ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਇਹ ਬ੍ਰਹਮਾ ਵੀ ਬੈਠਾ ਹੈ ਇਹ ਸ਼ਿਵਜੀ ਵੀ ਬੈਠਾ ਹੈ ਇਹ ਵਿਸ਼ਨੂੰ ਵੀ ਬੈਠਾ ਹੈ ਇਹ ਕੁੱਲ ਦੇਵੀ ਦੇਵਤਿਆਂ ਦਾ ਸਰਤਾਜ ਸ੍ਰੋਮਣੀ ਸਭ ਤੋਂ ਉੱਚੇ ਸਿੰਘਾਸਨ ਤੇ ਬੈਠਾ ਕੌਣ ਪੰਜਵਾਂ ਪਾਤਸ਼ਾਹ ਆਖਿਆ ਜਿਹਨਾਂ ਚਰਨਾਂ ਦੀ ਐਡੀ ਤਾਰੀਫ ਸਿੱਖ ਨੇ ਕੀਤੀ ਜਰਾ ਕਿਛੋ ਲੈ ਕੇ ਤਾਂ ਵੇਖਾਂ
ਜਾਂ ਨਾਥ ਅੱਗੇ ਹੋਇਆ ਸਿੱਖ ਨੇ ਆ ਕਿਹਾ ਹੁਣ ਕੀ ਪੁੱਛਣਾ ਆਹ ਬਜ਼ਾਰ ਦੇ ਚਸ਼ਮੇ ਤੇ ਆ ਕੇ ਆਗਿਆ ਮੰਗਣਾ ਵੀ ਪਾਣੀ ਪੀਵਾਂ ਕਿ ਨਾ ਪੀਵਾਂ ਬੁੱਕ ਭਰ ਕੇ ਉਹ ਬਦਕਿਸਮਤ ਆ ਛੇਤੀ ਕਰ ਜੋ ਧੱਕਾ ਦਿੱਤਾ ਨਾਥ ਚਰਨਾਂ ਤੇ ਜਾ ਪਿਆ ਚਰਨਾਂ ਦੀ ਛੋਹ ਜਿਸ ਵੇਲੇ ਮਿਲੀ ਹੁਣ ਭਾਈ ਤਿਲਕਾ ਕੱਲਾ ਨਹੀਂ ਸੀ ਹੁਣ ਨਾਲ ਜੋਟੀਦਾਰ ਮਿਲ ਗਿਆ ਇੱਕ ਕਿਹੜਾ ਇਹ ਨਾਥ ਜਿਹਦੀ ਉਮਰ 250 ਸਾਲ ਹੈ ਅੱਜ ਤਾਈ ਸਵਰਗ ਦਾ ਉਪਾਸ਼ਕ ਰਿਹਾ ਸ਼ਿਵਜੀ ਮਹਾਰਾਜ ਨੂੰ ਇਸੇ ਵਾਸਤੇ ਪੂਜਦਾ ਰਿਹਾ ਪਰ ਅੱਜ ਚਰਨਾਂ ਦੀ ਛੋਹ ਦੇ ਸਦਕੇ ਇਹਨਾਂ ਚਰਨਾਂ ਦਾ ਧਿਆਨ ਧਰ ਕੇ ਸਿੱਖ ਦਾ ਜੋਟੀਦਾਰ ਬਣ ਕੇ ਸਨਮੁਖ ਖੜੋ ਕੇ ਪਿਆ ਆਖਦਾ ਮਨ ਪ੍ਰੀਤ ਚਰਨ ਚਰਨ ਕਮਲਾਰੀ ਮਨ ਪ੍ਰੀਤ ਚਰਨ ਕਮਲਾਰੀ ਚਰਨ